ਲੱਖੇ ਸਧਰੇ ਨੇ ਕਾਲ ਦਿੱਤੀ ਸੀਗੀ ਬਈ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦੇ ਘਰ ਦੇ ਬਾਹਰ ਜਾਓ। ਇਹ ਲੱਖਾ ਸਧਰਾ ਘਰੋਂ ਬਾਹਰ ਨਿਕਲ ਕੇ ਉੱਥੇ ਜਾ ਕੇ ਬਾਂ 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 ਕਰ ਰਿਹਾ ਸੀ ਭਾਨਾ ਸਿੱਧੂ ਦੇ ਹੱਕ ਚ। ਭਾਨਾ ਸਿੱਧੂ ਕੌਣ ਆ ਉਹ ਤੁਹਾਨੂੰ ਪਤਾ ਹੀ ਆ, ਮਾਮਾ ਭੈਣਾਂ ਦੀਆਂ ਬੱਚਿਆਂ ਦੇ ਗਾਲਾਂ ਕਿੰਨੀਆਂ ਕੱਢਦਾ ਵਾ। ਇਹ ਹੈਗਾ ਘੜਮ ਚੌਧਰੀ, ਇਹਨਾਂ ਦੇ ਧੌਣ ਚ ਕੀ ਲਾੜਿਆ ਸੀ। ਅੱਜ ਮੈਂ ਮਾਨ ਜੋ ਧਨੌਲਾ ਪੁਲਿਸ ਦਾ ਧੰਨਵਾਦ ਕਰਦਾ ਵਾਂ ਭਾਨਾ ਸਿੱਧੂ ਅਤੇ ਲੱਖੇ ਸਧਰੇ ਦੇ ਖਿਲਾਫ ਜਾਂ ਪਰਿਵਾਰ ਦੇ ਖਿਲਾਫ ਭਾਨੇ ਸਿੱਧੂ ਦੇ ਭਰਾ ਪਰਚਾ ਦਰਜ ਕੀਤਾ। ਬਹੁਤ ਵਧੀਆ ਕੀਤਾ ਵਾ, ਬਹੁਤ ਵਧੀਆ ਫੈਸਲਾ ਵਾ। ਜੈ ਸ਼੍ਰੀ ਰਾਮ, ਭਾਰਤ ਮਾਤਾ ਦੀ ਜੈ। ਭਰਾਵੋ ਜਿਵੇਂ ਕਹਿੰਦੇ ਆ ਜੈਸੀ ਕਰਨੀ ਵੈਸੀ ਭਰਨੀ, ਇਹ ਪਿਛਲੇ ਕੁਝ ਦਿਨਾਂ ਚ ਤੁਹਾਨੂੰ ਪਤਾ ਹੀ ਆ ਕੀ ਹੋ ਰਿਹਾ ਪੰਜਾਬ ਚ। ਲੱਖੇ ਸਧਰੇ ਨੇ ਕਾਲ ਦਿੱਤੀ ਸੀਗੀ ਬਈ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦੇ ਘਰ ਦੇ ਬਾਹਰ ਜਾਓ। ਲੋਕ ਸਾਰੇ ਘਰੇ ਪ੍ਰਸ਼ਾਸਨ ਵੱਲੋਂ ਰੋਕ ਦਿੱਤੇ ਗਏ ਸੀ, ਲੇਕਿਨ ਆਪਣਾ ਇਹ ਲੱਖਾ ਸਧਰਾ ਘਰੋਂ ਬਾਹਰ ਨਿਕਲ ਕੇ ਉੱਥੇ ਜਾ ਕੇ ਬਾਂ 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 ਕਰ ਰਿਹਾ ਸੀ। ਕਿਹਦੇ ਹੱਕ ਚ? ਉਹ ਭਾਨਾ ਸਿੱਧੂ ਦੇ ਹੱਕ ਚ। ਭਾਨਾ ਸਿੱਧੂ ਕੌਣ ਆ ਉਹ ਤੁਹਾਨੂੰ ਪਤਾ ਹੀ ਆ, ਮਾਮਾ ਭੈਣਾਂ ਦੀਆਂ ਬੱਚਿਆਂ ਦੇ ਗਾਲਾਂ ਕਿੰਨੀਆਂ ਕੱਢਦਾ ਵਾ। ਇਹ ਹੈਗੇ ਘੜਮ ਚੌਧਰੀ, ਇਹਨਾਂ ਦੇ ਧੌਣ ਚ ਕੀ ਲਾੜਿਆ ਸੀ। ਅੱਜ ਮੈਂ ਮਾਨ ਜੋ ਧਨੌਲਾ ਪੁਲਿਸ ਦਾ ਧੰਨਵਾਦ ਕਰਦਾ ਵਾਂ ਜਿਹੜਾ ਭਾਨਾ ਸਿੱਧੂ ਅਤੇ ਲੱਖੇ ਸਧਰੇ ਦੇ ਖਿਲਾਫ ਜਾਂ ਪਰਿਵਾਰ ਦੇ ਖਿਲਾਫ ਭਾਨੇ ਸਿੱਧੂ ਦੇ ਭਰਾ ਪਰਚਾ ਦਰਜ ਕੀਤਾ। ਬਹੁਤ ਵਧੀਆ ਕੀਤਾ ਵਾ, ਬਹੁਤ ਵਧੀਆ ਫੈਸਲਾ ਵਾ। ਕਿਉਂਕਿ ਲੋਕ ਜਿਵੇਂ ਰੱਸੀ ਵੱਧਦੀ ਹੁੰਦੀ ਆ ਰਬੜ ਦੀ, ਉਵੇਂ ਵੱਧਦੇ ਜਾ ਰਹੇ ਸੀ ਇਹ। ਕਿਉਂਕਿ ਜਦੋਂ ਕਾਨੂੰਨ ਦੇ ਆਪਾਂ ਰਹਿ ਕੇ ਕੋਈ ਪਰਚਾ ਦਰਜ ਹੋਇਆ, ਏਜੰਟਾਂ ਨੇ ਪਰਚਾ ਦਰਜ ਕਰਾਇਆ ਜਾਂ ਅੱਜ ਟੋਲ ਪਲਾਜ਼ੇ ਵਾਲਿਆਂ ਨੇ ਪਰਚਾ ਦਰਜ ਕਰਾਇਆ, ਬਹੁਤ ਵਧੀਆ ਕੀਤਾ ਵਾ। ਕਿਉਂਕਿ ਤੋੜ ਭੰਨ ਕਰਨ ਦਾ ਸਾਨੂੰ ਕੋਈ ਹੱਕ ਨਹੀਂ ਹੈ। ਜੇ ਭਾਨਾ ਸਿੱਧੂ ਨੂੰ ਪੁਲਿਸ ਨੇ ਅਰੈਸਟ ਕੀਤਾ ਤਾਂ ਮਾਨ ਜੋ ਅਦਾਲਤ ਵਿੱਚ ਜਾਓ। ਇਹ ਤਾਂ ਨਹੀਂ ਵੀ ਆਪਾਂ ਇਕੱਠ ਕਰ ਲਾਂਗੇ ਜਾ ਕੇ, ਕੱਲ੍ਹ ਨੂੰ ਤਾਂ ਕੋਈ ਹੋਰ ਇਕੱਠ ਕਰ ਲਊਗਾ, ਪਰਸੋਂ ਕੋਈ ਹੋਰ ਇਕੱਠ ਕਰ ਲਊਗਾ। ਇੱਦਾਂ ਦਬਾਅ ਨਹੀਂ ਬਣਾਉਣਾ ਚਾਹੀਦਾ ਪ੍ਰਸ਼ਾਸਨ 'ਤੇ। ਮੈਂ ਤੁਹਾਨੂੰ ਵਾਰ ਵਾਰ ਕਹਿ ਰਿਹਾ, ਲੱਖਾ ਸਿੱਧਰਾ ਬਹੁਤ ਬੜਾ ਮਤਲਬੀ ਆਦਮੀ ਆ। ਇਹ ਕਿਸੇ ਦਾ ਨਹੀਂ ਹੈ, ਕਿਸੇ ਦਾ ਗੁਰਪੀਰ ਨਹੀਂ ਹੈ, ਕਿਉਂਕਿ ਇਸਨੇ ਆਪਣਾ ਮਤਲਬ ਕੱਢਣਾ। ਇਹ ਬਹੁਤ ਬੜਾ ਡਿਫਾਂਗ ਕਰਦਾ, ਡਿਫਾਂਗ। ਪਹਿਲਾਂ ਇਹ ਗੈਂਗਸਟਰ ਰਿਹਾ, ਲੋਕਾਂ ਨੂੰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ। ਫਿਰ ਇਹ ਹੁਣ ਇਹ ਆਪਣੇ ਆਪ ਨੂੰ ਸਮਾਜ ਵੱਡਾ ਸੇਵਕ ਸਮਝਦਾ ਪਿਆ। ਕੋਈ ਸਮਾਜ ਸੇਵਕ ਨਹੀਂ, ਇਹ ਠੱਗ ਸੇਵਕ ਆ। ਪਹਿਲਾਂ ਅਕਾਲੀ ਦਲ ਦੇ ਵਿੱਚ ਇਹਦੀ ਮਾਤਾ ਜੀ ਸਰਪੰਚ ਰਹਿ ਚੁੱਕੀ ਆ, ਤੁਹਾਨੂੰ ਪਤਾ, ਸਾਰੇ ਲੋਕਾਂ ਨੂੰ ਜੱਗ ਨੂੰ ਪਤਾ ਵਾ। ਅੱਜ ਇਹ ਆਪਣੇ ਪੰਜਾਬ ਬਚਾਓ ਯਾਤਰਾ ਜੀ ਕੱਢਣ ਫਿਰਦਾ। ਕਿਹੜੀ ਆ ਪੰਜਾਬ ਬਚਾਓ? ਪੰਜਾਬ ਬਿਲਕੁਲ ਸੇਫ ਆ, ਪੰਜਾਬ 'ਚ ਕੋਈ ਗੱਲਬਾਤ ਨਹੀਂ, ਪੰਜਾਬ ਅਮਨ ਅਮਾਨ ਨਾਲ ਚੱਲ ਰਿਹਾ ਵਾ। ਜੇ ਲੋਕਾਂ ਨੇ ਵੋਟਾਂ ਪਾਈਆਂ ਨੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੂੰ, ਉਹਨਾਂ ਸਰਕਾਰ ਬਣੀ ਆ, ਚੱਲਣ ਦਿਓ 500, ਚੱਲਣ ਦਿਓ। ਜਦੋਂ ਅੱਜ ਕੋਈ ਮੁੱਦਾ ਨਹੀਂ, ਜਦੋਂ ਵੋਟਾਂ ਆਉਣਗੀਆਂ ਉਦੋਂ ਆਪੋ ਆਪਣੇ ਜ਼ੋਰ ਲਾਓ, ਆਪਣੀ ਆਪਣੀ ਪਾਰਟੀ ਦਾ ਜ਼ੋਰ ਲਾਓ, ਦਿਖਾਓ ਜ਼ੋਰ, ਲੋਕਾਂ ਨੂੰ ਵੋਟਾਂ ਨਾਲ ਖਿੱਚੋ ਆਪਣੇ ਕੰਨੀ। ਪਰ ਇਹ ਹੈ ਘੜਮ ਚੌਧਰੀ, ਇਹ ਧੌਣ ਚ ਕੀ ਲਾੜਿਆ ਲੱਖੇ ਸਧਰੇ ਦੇ? ਭਾਨੇ ਸਿੱਧੂ ਦੇ ਵੀ ਮੈਂ ਕਹੂੰਗਾ, ਇਹ ਬੰਦੇ ਵਧੀਆ ਨਹੀਂ, ਇਹਨਾਂ ਦਾ ਬਾਈਕਾਟ ਕਰੋ। ਕਿਉਂਕਿ ਕਿੱਥੇ ਸਿੱਧੂ 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 ਕਰਦੇ ਸੀ, ਨਹੀਂ ਕਿੱਥੇ ਸੀ ਇਹ? ਲੋਕਾਂ ਨੂੰ ਕਹਿ ਰਹੇ ਸੀ ਮੈਂ ਬੜਾ ਇਕੱਠ ਕਰ ਦੂੰਗਾ ਜੀ, ਛੁਡਾਊਂਗਾ ਜੀ। ਇਹ ਬਹੁਤ ਬੜਾ ਨਾਟਕ ਆ, ਇਸ ਨੇ ਆਪਣੇ ਆਪ ਨੂੰ ਜਿਹੜਾ ਹਾਈਲਾਈਟ ਕਰਨ ਦੀ ਖਾਤਰ ਇਹ ਡਰਾਮਾ ਉੱਥੇ ਪਹੁੰਚਿਆ ਹੈ।
ਹੁਣ ਕਿੱਥੇ ਛਡਾਉਣ ਨੂੰ ਫਿਰਦੇ ਸੀ, ਕਿੱਥੇ ਹੁਣ ਆਪਣਾ ਇਹ ਭੱਜੇ ਲਵੇ। ਜਿਹੜਾ ਧੌਣ ਚ ਕੀਲਾ ਹੈ, ਧੌਣ ਚ ਕੀਲਾ ਹੀ ਰਹੂਗਾ, ਇਹ ਕੱਢੂਗਾ।